ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਗੁਰਵਿੰਦਰ ਪੀਡੀ ਚੈਨਲ। ਕੱਲ ਕਾਫੀ ਬੱਚਿਆਂ ਦਾ ਕਮੈਂਟ ਸੈਕਸ਼ਨ 'ਚ ਮੈਸੇਜ ਆਉਂਦਾ ਪਿਆ ਸੀ ਕਿ ਵੀ ਇੱਕ ਪ੍ਰੋਪਰਲੀ ਵੀਡੀਓ ਜਿਹੜੀ ਆ ਉਹ ਰਿਪੀਟ ਸੈਂਟੈਂਸ ਤੇ ਲੈ ਕੇ ਆਇਓ, ਬੇਸਿਕ ਤੋਂ ਲੈ ਕੇ ਇੰਪੋਰਟੈਂਟ ਗੱਲਾਂ ਜਿੰਨੀਆਂ ਵੀ ਰਿਪੀਟ ਸੈਂਟੈਂਸ ਦੀਆਂ ਵਾ ਸਾਰੀਆਂ ਇੱਕ ਸ਼ੇਅਰ ਕਰਿਓ। ਸੋ ਅੱਜ ਦੀ ਵੀਡੀਓ ਦੇ ਵਿੱਚ ਰਿਪੀਟ ਸੈਂਟੈਂਸ ਨੂੰ ਲੈ ਕੇ ਜਿੰਨੀ ਵੀ ਨੌਲੇਜ ਆ ਉਹ ਅੱਜ ਦੀ ਵੀਡੀਓ ਲਾਸਟ ਤੱਕ ਦੇਖਿਓ। ਈਚ ਐਂਡ ਐਵਰੀਥਿੰਗ ਸਾਰੀ ਸ਼ੇਅਰ ਕਰਨ ਜਾ ਰਿਹਾ ਵਾਂ ਕੀ ਰਿਪੀਟ ਸੈਂਟੈਂਸ ਕਾਹਤੋਂ ਇੰਪੋਰਟੈਂਟ ਕਿਹਾ ਜਾਂਦਾ ਵਾ, ਕਿੰਨਾ ਪਾਰਟਸ ਵਿੱਚ ਰਿਪੀਟ ਸੈਂਟੈਂਸ ਦਾ ਯੋਗਦਾਨ ਆ, ਕਿੰਨੇ ਨੰਬਰ ਦੇ ਰਿਪੀਟ ਸੈਂਟੈਂਸ ਹੁੰਦੇ ਆ, ਐਗਜ਼ਾਮ 'ਚ ਕਿੰਨੇ ਆਉਂਦੇ ਆ, ਕਿੰਨੀ ਸਪੀਡ ਤੋਂ ਆਉਂਦੇ ਆ, ਕਿੱਥੋਂ ਰਿਪੀਟ ਹੁੰਦੇ ਆ, ਈਚ ਐਂਡ ਐਵਰੀਥਿੰਗ ਜਿੰਨੀ ਨੌਲੇਜ ਆ ਸਾਰੀ ਅੱਜ ਦੇ ਲਾਈਵ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਸ਼ੇਅਰ ਕਰਨ ਜਾ ਰਿਹਾ ਮੈਂ। ਸਭ ਤੋਂ ਪਹਿਲੀ ਗੱਲ ਇਹ ਆ, ਜਿੰਨੇ ਬੱਚੇ ਇਹ ਚੀਜ਼ ਕਹਿੰਦੇ ਵੀ ਰਿਪੀਟ ਸੈਂਟੈਂਸ ਕਾਹਤੋਂ ਇੰਪੋਰਟੈਂਟ ਆ, ਰਿਪੀਟ ਸੈਂਟੈਂਸ ਜਿਹੜੇ ਆ ਉਹ ਥੋੜੀ ਸਪੀਕਿੰਗ ਵਾਸਤੇ ਤੇ ਲਿਸਨਿੰਗ ਵਾਸਤੇ ਮੱਚ ਇੰਪੋਰਟੈਂਟ ਪਾਰਟ ਆ, ਨਾ ਹੀ ਰਿਪੀਟ ਸੈਂਟੈਂਸ ਜਿਹਨੀ ਸਕੋਰਿੰਗ ਕੋਈ ਸਪੀਕਿੰਗ ਨੂੰ ਦਿੰਦਾ, ਨਾ ਹੀ ਰਿਪੀਟ ਸੈਂਟੈਂਸ ਜਿਹਨੀ ਸਕੋਰਿੰਗ ਜਿਹੜੀ ਆ ਉਹ ਤੁਹਾਡੀ ਕੋਈ ਲਿਸਨਿੰਗ ਨੂੰ ਦਿੰਦਾ ਵਾ। ਇਹਨਾਂ ਦੋਵਾਂ ਪਾਰਟਸ ਦਾ ਇੱਕ ਮੇਨ ਪਾਰਟ ਆ ਉਹ ਆ ਰਿਪੀਟ ਸੈਂਟੈਂਸ। ਸੋ ਜੇ ਉਹ ਪਾਰਟ ਤੁਹਾਡਾ ਵਧੀਆ ਨਹੀਂ ਜਾਂਦਾ ਪਿਆਗਾ, ਨਾ ਹੀ ਤੁਹਾਡੀ ਲਿਸਨਿੰਗ ਵਧੀਆ ਜਾ ਪਾਉਣੀ ਆ, ਨਾ ਹੀ ਤੁਹਾਡੀ ਸਪੀਕਿੰਗ ਵਧੀਆ ਜਾ ਪਾਉਣੀ ਆ, ਸਪੀਕਿੰਗ ਨੂੰ ਵਧੀਆ ਕਰਨ ਵਾਸਤੇ, ਲਿਸਨਿੰਗ ਨੂੰ ਵਧੀਆ ਕਰਨ ਵਾਸਤੇ ਰਿਪੀਟ ਸੈਂਟੈਂਸ ਦਾ ਬਹੁਤ ਹੀ ਜ਼ਿਆਦਾ ਮੇਨ ਰੋਲ ਜਿਹੜਾ ਵਾ ਉਹ ਪਲੇ ਆ। ਕਾਫੀ ਬੱਚੇ ਮੈਨੂੰ ਇਹ ਚੀਜ਼ ਪੁੱਛਦੇ ਰਹਿੰਦੇ ਆ ਵੀ ਰਿਪੀਟ ਸੈਂਟੈਂਸ ਜਿਹੜਾ ਵਾ ਕੀ ਅਸੀਂ ਉਹਦੇ ਪਿੱਛੇ ਫਿਲਰ ਐਡ ਕਰ ਸਕਦੇ ਆ, ਕੀ ਅਸੀਂ ਰਿਪੀਟ ਸੈਂਟੈਂਸ ਨੂੰ ਦੋ ਵਾਰੀ ਰਿਪੀਟ ਕਰ ਸਕਦੇ ਆ। ਰਿਪੀਟ ਸੈਂਟੈਂਸ ਦੇ ਪਿੱਛੇ ਫਿਲਰ ਐਡ ਕਰਨਾ ਗਲਤ ਨਹੀਂ ਗਾ, ਜੇ ਕਹਿੰਦੇ ਨੇ ਵੀ ਆਪਾਂ ਰਿਪੀਟ ਸੈਂਟੈਂਸ ਦੇ ਪਿੱਛੇ ਫਿਲਰ ਐਡ ਕਰ ਦਈਏ ਉਹ ਗਲਤ ਆ, ਰਿਪੀਟ ਸੈਂਟੈਂਸ ਦੇ ਪਿੱਛੇ ਫਿਲਰ ਐਡ ਕਰਨਾ ਗਲਤ ਨਹੀਂ ਗਾ, ਬਟ ਹਰ ਇੱਕ ਰਿਪੀਟ ਸੈਂਟੈਂਸ ਦੇ ਪਿੱਛੇ ਫਿਲਰ ਐਡ ਕਰਨਾ ਉਹ ਬਹੁਤ ਵੱਡੀ ਗਲਤੀ ਆ। ਹਰੇਕ ਰਿਪੀਟ ਸੈਂਟੈਂਸ ਦੇ ਪਿੱਛੇ ਫਿਲਰ ਜਦੋਂ ਆਪਾਂ ਐਡ ਕਰਦੇ ਆ ਨਾ ਉਹ ਚੀਜ਼ ਆਪਣੀ ਐਗਜ਼ਾਮ 'ਚ ਜਾ ਕੇ ਆਪਣਾ ਡਿਜ਼ਾਇਰ ਸਕੋਰਿੰਗ ਕਦੇ ਵੀ ਨਹੀਂ ਦਵਾਉਗੀ, ਕਿਉਂਕਿ ਫਿਲਰ ਜਿਹੜੇ ਬਣਾਏ ਜਾਂਦੇ ਆ ਰਿਪੀਟ ਸੈਂਟੈਂਸ ਵਾਸਤੇ ਉਹ ਫਿਲਰ ਤਾਂ ਹੁੰਦੇ ਆ ਵੀ ਆਪਾਂ ਨੂੰ ਕੋਈ ਰਿਪੀਟ ਸੈਂਟੈਂਸ ਬਿਲਕੁਲ ਵੀ ਨਾ ਸੁਣੇ ਤਾਂ ਆਪਾਂ ਉਹਦੇ ਪਿੱਛੇ ਕੁਝ ਨਾ ਕੁਝ ਬੋਲ ਦਈਏ ਤਾਂ ਆਪਣੇ ਡਿਜ਼ਾਇਰ ਸਕੋਰ ਮਾੜੇ ਮੋਟੇ ਜਿਹੜੇ ਫਲੂਐਂਸੀ ਔਰ ਪ੍ਰੋਨੰਸੀਏਸ਼ਨ ਦੇ ਵਿੱਚੋਂ ਆ ਜਾਣਗੇ। ਬਟ ਜੇ ਤੁਸੀਂ ਕਹਿੰਦੇ ਪਏ ਹੋ ਵੀ ਮੈਨੂੰ 12 ਵਰਡਸ ਦਾ ਰਿਪੀਟ ਸੈਂਟੈਂਸ ਆਇਆ, ਮੈਨੂੰ ਵੱਧ ਤੋਂ ਵੱਧ 7 ਵਰਡ ਸੁਣਗੇ, ਫਿਰ ਪਿੱਛੇ ਮੈਂ ਕੋਈ ਲਾਈਨ ਬੋਲੀ ਜਾਂਦਾ, ਉਹ ਤੁਹਾਡੀ ਗਲਤੀ ਆ। ਜੇ ਤੁਸੀਂ ਘੱਟ ਤੋਂ ਘੱਟ ਹਾਫ ਰਿਪੀਟ ਸੈਂਟੈਂਸ ਵੀ ਚੱਕ ਲੈਂਦੇ ਹੋ ਨਾ ਤਾਂ ਉਹਦੇ ਪਿੱਛੇ ਕੋਈ ਫਿਲਰ ਐਡ ਨਾ ਕਰਿਆ ਕਰੋ, ਇਹ ਜੀ ਤੁਹਾਡੀ ਗਲਤੀ ਆ, ਬੇਵਕੂਫੀ ਆ। ਇਹ ਚੀਜ਼ ਕਿਸੇ ਬੱਚੇ ਨੂੰ ਵੀ ਐਗਜ਼ਾਮ 'ਤੇ ਸਕੋਰਿੰਗ ਨਹੀਂ ਦਵਾਉਗੀ, ਜਿਹੜਾ ਬੱਚਾ ਫਿਲਰ ਐਡ ਕਰਕੇ ਆਉਂਦਾ ਪਿਆ ਐਗਜ਼ਾਮ ਦੇ ਵਿੱਚ, ਜਿਹੜਾ ਜਮਾ ਨਾ ਸੁਣੇ ਉਹਦੇ ਪਿੱਛੇ ਕਰੋ, ਅਦਰਵਾਈਜ਼ ਕਿਸੇ ਰਿਪੀਟ ਸੈਂਟੈਂਸ ਦੇ ਪਿੱਛੇ ਫਿਲਰ ਐਡ ਨਾ ਕਰੋ, ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਤੇ ਮੋਸਟਲੀ ਬੱਚੇ ਮੈਨੂੰ ਇੱਕ ਚੀਜ਼ ਪੁੱਛਦੇ ਆ ਕਿ ਰਿਪੀਟ ਸੈਂਟੈਂਸ ਨੂੰ ਅਸੀਂ ਦੋ ਵਾਰੀ ਰਿਪੀਟ ਕਰ ਸਕਦੇ ਆ, ਬਿਲਕੁਲ ਨਹੀਂ, ਰਿਪੀਟ ਸੈਂਟੈਂਸ ਨੂੰ ਕਿਸੇ ਬੱਚੇ ਨੇ ਦੋ ਵਾਰੀ ਰਿਪੀਟ ਨਹੀਂ ਕਰਨਾ। ਮੇਰੇ ਕੋਲ ਪਤਾ ਨਹੀਂ ਕਿੰਨੇ ਕੁ ਬੱਚੇ ਇਦਾਂ ਦੇ ਆ, ਕੁੜੀਆਂ ਮੁੰਡੇ, ਜਿਹੜੇ ਮੇਰੇ ਕੋਲ ਆ ਕੇ ਰੋਂਦੇ ਆ ਵੀ ਸਰ ਅਸੀਂ ਦੋ ਦੋ ਤਿੰਨ ਤਿੰਨ ਪੇਪਰ ਦਿੱਤੇ, ਅਸੀਂ ਦੋ ਦੋ ਵਾਰੀ ਰਿਪੀਟ ਸੈਂਟੈਂਸ ਰਿਪੀਟ ਕਰਦੇ ਸੀ, ਫਿਲਰ ਐਡ ਕਰਦੇ, ਸਾਡੇ ਸਕੋਰ ਹੀ ਨਹੀਂ ਆਏ, ਉਹ ਉਹਨਾਂ ਦੇ ਰਿਪੀਟ ਸੈਂਟੈਂਸ ਨਹੀਂ ਇੰਪਰੂਵ ਹੋਏ, ਤਾਂ ਇਹਨਾਂ ਨੂੰ ਇੰਨੀ ਆਦਤ ਪੈ ਗਈ। ਹੁਣ ਚਾਹੁੰਦੇ ਵੀ ਆਦਤ ਨੂੰ ਇੰਪਰੂਵ ਕਰਨਾ, ਪਰ ਦੋ ਵਾਰੀ ਬੋਲਣ ਦੀ ਰਿਪੀਟ ਸੈਂਟੈਂਸ ਨੂੰ ਇੰਨੀ ਆਦਤ ਪੈ ਗਈ, ਆਦਤ ਇੰਪਰੂਵ ਹੀ ਨਹੀਂ ਹੁੰਦੀ। ਹੁਣ ਮੈਂ ਹਰੇਕ ਬੱਚੇ ਨੂੰ ਰਿਕੁਐਸਟ ਕਰਨੀ ਚਾਹੁੰਦਾ, ਇਦਾਂ ਦੀ ਆਦਤ ਤਾਂ ਨਾ ਪਾਓ, ਦੋ ਵਾਰੀ ਬੋਲਣ ਵਾਲੀ ਆਦਤ ਪਾਉਂਦੇ ਪਏ ਹੋ, ਫਿਲਰ ਨੂੰ ਐਡ ਕਰਨ ਵਾਲੀ ਆਦਤ ਪਾਉਂਦੇ ਪਏ ਹੋ, ਆਦਤ ਹੀ ਪਾਉਣੀ ਆ ਤੇ ਥੋੜਾ ਅੱਧਾ ਕੰਟੈਂਟ ਚੱਕਣ ਦੀ ਪਾਲੋ। ਕਿਸੇ ਬੱਚੇ ਨੇ ਨਾ ਤਾਂ ਬੇਫਾਲਤੂ ਪਿੱਛੇ ਫਿਲਰ ਐਡ ਕਰਨਾ ਰਿਪੀਟ ਸੈਂਟੈਂਸ ਦੇ ਪਿੱਛੇ, ਨਾ ਹੀ ਕਿਸੇ ਬੱਚੇ ਨੇ ਰਿਪੀਟ ਸੈਂਟੈਂਸ ਨੂੰ ਦੋ ਵਾਰੀ ਬੋਲਣਾ। ਰਿਪੀਟ ਸੈਂਟੈਂਸ ਦੇ ਵਿੱਚ ਜੇ ਤੁਸੀਂ ਐਗਜ਼ਾਮ 'ਚ 7 ਈਚ ਲੈ ਕੇ ਆਉਣਾ ਚਾਹੁੰਦੇ ਹੋ ਨਾ ਵੀ ਮੇਰੇ ਸਾਰੇ ਮੋਡਿਊਲ 7-7 ਦੇ ਹੋਣ, ਕੋਈ ਮੋਡਿਊਲ ਮੇਰਾ 65 ਤੋਂ ਨੀਚੇ ਦਾ ਨਾ ਹੋਵੇ, ਤਾਂ ਰਿਪੀਟ ਸੈਂਟੈਂਸ ਨੂੰ ਵੱਧ ਤੋਂ ਵੱਧ 7 ਵਰਡ ਚੱਕੋ, ਬਸ 6-7 ਵਰਡਸ ਦਾ ਟਾਰਗੇਟ ਰੱਖੋ। ਜੇ ਮੈਂ 100 ਦੇ ਵਿੱਚੋਂ 60-70% ਕੰਟੈਂਟ ਚੱਕਦਾ ਪਿਆ ਵਾਂ, ਮੈਂ ਆਪਣੇ ਐਗਜ਼ਾਮ ਦੇ ਵਿੱਚ ਡਿਜ਼ਾਇਰ ਸਕੋਰ ਲੈ ਕੇ ਆਉਣਾ ਪਿਆ ਵਾਂ, ਇੱਕ ਰਿਜ਼ਲਟ ਨਹੀਂ ਗਾ, ਮੈਂ 13 ਰਿਜ਼ਲਟ ਤੁਹਾਨੂੰ ਇਦਾਂ ਦਾ ਸ਼ੋਅ ਕਰ ਸਕਦਾ ਵਾਂ, ਇੰਸਟਾਗ੍ਰਾਮ ਤੇ ਜਾ ਕੇ ਜਦੋਂ ਮਰਜ਼ੀ ਗੇੜਾ ਮਾਰਿਆ ਹੋ, ਬਹੁਤ ਸਾਰੇ ਰਿਜ਼ਲਟ ਡੇਲੀ ਪੋਸਟ ਕਰਦਾ ਵਾਂ, 7 ਈਚ, 70, 80, 90 ਸਪੀਕਿੰਗ ਚੋਂ। ਮੈਂ ਇਸੇ ਚੀਜ਼ਾਂ ਵਾਸਤੇ ਕਹਿੰਦਾ ਵਾਂ 70% ਕੰਟੈਂਟ ਚੱਕ ਕੇ, 60-70% ਕੰਟੈਂਟ ਚੱਕ ਕੇ ਬੱਚੇ ਰਿਪੀਟ ਸੈਂਟੈਂਸ ਐਗਜ਼ਾਮ ਦੇ ਵਿੱਚ ਡਿਜ਼ਾਇਰ ਸਕੋਰ ਲੈਂਦੇ ਪਏ ਆ। ਜੇ ਕਿਸੇ ਬੱਚੇ ਨੂੰ ਸਾਰਾ ਰਿਪੀਟ ਸੈਂਟੈਂਸ ਨਹੀਂ ਚੱਕਿਆ ਜਾਂਦਾ ਹੈਗਾ, 60-70% ਰਿਪੀਟ ਸੈਂਟੈਂਸ ਚੱਕੋ, ਸਾਰੇ ਪਿੱਛੇ ਭੱਜੋ ਵੀ ਨਾ, ਕਿਉਂਕਿ ਸਾਰਾ ਕਿਤੇ ਨਾ ਕਿਤੇ ਤੁਹਾਨੂੰ ਐਗਜ਼ਾਮ ਦੇ ਵਿੱਚ ਦਿੱਕਤ ਦੇ ਸਕਦਾ ਵਾ। ਹਾਫ ਰਿਪੀਟ ਸੈਂਟੈਂਸ ਚੱਕ ਕੇ ਐਗਜ਼ਾਮ ਚ ਆਪਦੇ ਜੋ ਡਿਜ਼ਾਇਰ ਸਕੋਰਿੰਗ ਜਿਹੜੀ ਉਹਨੂੰ ਪ੍ਰਾਪਤ ਕਰੋ। ਹੁਣ ਮੋਸਟਲੀ ਬੱਚਿਆਂ ਦਾ ਰਿਪੀਟਡ ਕੁਐਸਚਨ ਆ ਵੀ ਰਿਪੀਟ ਸੈਂਟੈਂਸ ਦੀ ਸਪੀਡ ਕਿੰਨੀ ਕਰ ਸਕਦੀ ਐਗਜ਼ਾਮ ਦੇ ਵਿੱਚ, ਰਿਪੀਟ ਸੈਂਟੈਂਸ 2 ਸਪੀਡ ਤੋਂ ਤੁਹਾਨੂੰ ਐਗਜ਼ਾਮ ਚ ਆ ਸਕਦੇ ਆ, 0.8 ਦੀ ਸਪੀਡ ਹੁੰਦੀ ਆ ਐਂਡ 1.2 ਦੀ ਸਪੀਡ ਹੁੰਦੀ ਆ। ਮੋਸਟਲੀ ਬੱਚੇ 1.2 ਦੀ ਸਪੀਡ ਤੋਂ ਪ੍ਰੈਕਟਿਸ ਕਰਦੇ ਆ, 0.8 ਦੀ ਸਪੀਡ ਤੋਂ ਬਹੁਤ ਘੱਟ ਬੱਚੇ ਪ੍ਰੈਕਟਿਸ ਕਰਦੇ ਆ। ਹੁਣ ਬੱਚਾ ਦਾ ਮੈਨੂੰ ਇਹ ਕਹਿਣਾ ਵੀ ਸਰ 0.8 ਦੀ ਸਪੀਡ ਕਿੰਨੀ ਕੁ ਇੰਪੋਰਟੈਂਟ ਆ, 1.2 ਦੀ ਸਪੀਡ ਤਾਂ ਫਾਸਟ ਹੁੰਦੀ ਆ, ਉਹ ਕਿਤੇ ਨਾ ਕਿਤੇ ਸਮਝ ਆ ਜਾਂਦੀ ਆ, 0.8 ਦੀ ਸਪੀਡ ਜਿਹੜੀ ਹੁੰਦੀ ਆ ਉਹਨੂੰ ਹੌਲੀ ਨਹੀਂ ਕਿਹਾ ਜਾਂਦਾ, ਠੀਕ ਆ, ਤਾਂ ਨਾ ਹੀ ਉਹਨੂੰ ਤੇਜ਼ ਕਿਹਾ ਜਾਂਦਾ, ਇੱਕ ਮੋਡਰੇਟ ਸਪੀਡ ਹੁੰਦੀ ਆ, ਇੱਕ ਲਹਿਜੇ ਵਿੱਚ ਬੋਲਦਾ ਵਾ। 10 ਅੱਖਰ ਦਾ ਰਿਪੀਟ ਸੈਂਟੈਂਸ ਵੀ ਜਦੋਂ 0.8 ਦੀ ਸਪੀਡ ਤੇ ਹੁੰਦਾ ਨਾ ਉਹ ਲੰਬਾ ਲੱਗਣਾ ਸ਼ੁਰੂ ਹੋ ਜਾਂਦਾ, ਕਿਉਂਕਿ ਇੰਨਾ ਲੰਬਾ ਖਿੱਚ ਕੇ ਲੈ ਜਾਂਦਾ ਉਹਨੂੰ। ਹਰ ਇੱਕ ਬੱਚੇ ਨੂੰ ਰਿਕੁਐਸਟ ਕਰਦਾ ਵਾਂ
रिपीट सेंटेंस की प्रैक्टिस 1.2 की स्पीड के नाल नाल 0.8 की स्पीड से भी करया करो तो फिर जाके तुसी वो चीज दे विच अपनी इंप्रूवमेंट जिहड़ी आ उहनूं प्रॉपरली वे दे नाल कर सकदे हो। की रिपीट सेंटेंस ऐप यूनी तो रिपीट एग्जाम च हुंदे आ 101% रिपीट सेंटेंस ऐप यूनी दे विच एग्जाम च रिपीट हुंदे आ। बहुत सारे बच्चे जो एग्जाम दे विच रिपीट सेंटेंस ऐप यूनी तो करके जांदे आ प्रैक्टिस करके जांदे ते एग्जाम च रिपीट हुंदे आ। अज भी दो बच्चों का एग्जाम आ लुधियाने सेंटर दे विच, हुणे मैनूं उहनां दी कॉल आई आ जदों वीडियो बनाउण लगा वां उदों पहले उन्होंने गल की आ प्रोपरली। उन्होंने बच्चों ने कहा भी सर सानू डिक्टेशन आ, डिक्टेशन तीन दी तीन रिपीट सी ऐप यूनी दे विचों जो तो गल की कहते रिपीट सेंटेंस भी तीन तो चार रिपीट सेंटेंस जिहड़े सीगे ऐप यूनी ने आए। सो मैं मोस्टली बच्चों को रिक्वेस्ट करदा वा जिन्हें बच्चों ने प्रैक्टिस करनी आ वीकली एंड मंथली प्रडिक्शन ऐप यूनी वाला कर लो, थोड़ी थोड़ी चेंजेस करती उन्हें बच्चे मतलब थोड़ा नवा मटीरियल पाता। सो जिन्हें बच्चों ने अज ही अपडेट की उन्हें ऐप यूनी ने, सो मैं जिन्हें बच्चे देखते पे उन्होंने रिक्वेस्ट करदा वा भी तुम जिन्हें ने भी यह चीज़ परफॉर्म की भी आ सो प्लीज जाके तुसी ना भी अपडेट उन्हें की प्रॉपरली अपडेट में जाके तुसी ध्यान नाल समझो तो प्रॉपरली ध्यान नाल जाके अपनी चीज़ें परफॉर्म करो, ठीक है जी। हर एक बच्चा जिन्हें रिपीट सेंटेंस पहला वाला प्रेडिक्शन किया वा हुण वाला प्रेडिक्शन भी जो उन्होंने न्यू अपडेट किया वा प्रॉपरली कर लो, आपके एग्जाम के डिजायर स्कोरिंग सारे बच्चे लैके आएंगे। ते काफी बच्चे मैंने मैसेज करते पे सीगे भी रिपीट सेंटेंस दा एक्सेंट एग्जाम च डिफिकल्ट आ सकदा वा, रिपीट सेंटेंस दा एक्सेंट एग्जाम च डिफिकल्ट नहीं आउंदा गा। रिपीट सेंटेंस दी दो स्पीड्स हुंदियां ने बस, इह नॉर्मल एक्सेंट जो आपां डेली बेसिस सुनदे उदां दे एक्सेंट ही हुंदा। ते बेस्ट वे रिपीट सेंटेंस नूं चक्कण दा आईज क्लोज़ करके चक सकदे हो क्योंकि आईज क्लोज़ करके आपां फोकस ध्यान ला सकदे आ, बेस्ट वे रिपीट सेंटेंस नूं पिक करन दा। सैकंड वे रिपीट सेंटेंस नूं पिक करन दा आईज क्लोज़ करके इनिशियल वर्ड्स तुसीं कॉपी ते लिख सकदे हो, इह वी वे रिपीट सेंटेंस नूं पिक करन दा वा। दोनों दे विचों जिहड़ा वी तुहानूं बेस्ट लगदा वा तुसीं चूज़ ओह करके अपने रिपीट सेंटेंस दी परफॉर्मेंस वधिया कर सकदे हो। ते रिपीट सेंटेंस एग्जाम दे विच बीप साउंड नहीं हुंदा, मैं हरेक बच्चे नूं दस्सा हरेक पार्ट दे विच बीप साउंड होगा, कल्ले रिपीट सेंटेंस दे विच बीप साउंड नहीं हुंदा गा। सो रिपीट सेंटेंस जदों ब्लू बार स्टार्ट होवे आपां नूं उदों बोलना स्टार्ट करना चाहीदा वा, ब्लू बार दा ध्यान रख्या करो जदों स्टार्ट होवे बोलना स्टार्ट कर दिया करो, उत्थे फिर एग्जाम दे विच काफी बच्चों नूं इह चीज़ दी भी प्रॉब्लम आ जांदी है, ठीक है जी। सो इह सी रिपीट सेंटेंस ते लैके बेसिक इन्फो, जे वीडियो वधिया लगी लाइक करके दोस्त मित्रां नाल शेयर कर दिओ, काफी नॉलेज वाली गल्लां उहनां नूं भी सिखण नूं मिल जाया करनगियां। जिहड़े बच्चे ने फॉलो नहीं कीता, जिहड़े बच्चे ने सबसक्राइब नहीं कीता, सो इंस्टाग्राम ते फॉलो कर लो, तो जल्दी जल्दी गुरविंदर रिपीटी दा चैनल ਜਿਹੜਾ ਵਾ ਉਹ YouTube ਤੇ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਬੈਲ ਆਨ ਕਰ ਲਓ ਕਿਉਂਕਿ ਬਹੁਤ ਸਾਰੀਆਂ ਨੌਲੇਜ ਵਾਲੀਆਂ ਵੀਡੀਓਜ਼ ਜਿਹੜੀਆਂ ਆਉਣ ਦਾ ਵੇ ਆ। ਤੇ ਜਿਹੜੇ ਬੱਚੇ ਨੂੰ ਕਨਫਿਊਜ਼ਨ ਆ ਕੋਈ ਵੀ ਜਾਂ ਕਲਾਸਿਸ ਲੈਣਾ ਚਾਹੁੰਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਮੈਂਸ਼ਨ ਆ, ਤੁਸੀਂ WhatsApp ਤੇ ਕਾਲ ਮੈਸੇਜ ਕਰਕੇ ਜਿੰਨੇ ਵੀ ਡਾਊਟਸ ਆ ਉਹਨਾਂ ਨੂੰ ਕਲੀਅਰ ਕਰ ਸਕਦੇ ਹੋ। ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ, ਥੈਂਕ ਯੂ ਸੋ ਮੱਚ।